ਗੁਰੂ ਘਰ ਦੀ ਬਖਸ਼ਿਸ਼ ਰੁਪਾਉ ਦੇ ਨਾਲ ਸਨਮਾਨ ਕੀਤਾ ਜਾਏਗਾ। ਮਹਾਂਪੁਰਖਾਂ ਨੂੰ ਬੇਨਤੀ ਹੈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਉਣ ਵਾਸਤੇ ਇੱਥੇ ਆਏ ਹਨ। ਮੈਂ ਆਪਣੀ ਤਰਫੋਂ ਹਰਿਆਣਾ ਸਰਕਾਰ ਦੀ ਤਰਫੋਂ ਆਪ ਜੀ ਦਾ ਸਭ ਦਾ ਬਹੁਤ ਬਹੁਤ ਸਤਿਕਾਰ ਕਰਦੇ ਹੋਏ ਸਰਬੁਣ ਜੀ ਆਏ ਆਖਦਾ। ਬਹੁਤ ਹੀ ਇੱਕ ਸੁਨਹਿਰਾ ਅਵਸਰ ਹੈ ਕਿ ਅੱਜ ਸਾਡੇ ਵਿਚਕਾਰ ਸਾਡੇ ਸਰਕਾਰ ਦੇ ਖੇਡ ਮੰਤਰੀ ਸਰਦਾਰ ਸੰਦੀਪ ਸਿੰਘ ਜੀ ਵੀ ਹਾਜ਼ਰ ਨੇ। ਕਿਵੇਂ ਹੀ ਸੰਤ ਮਹੰਤ ਗਿਆਨੀ ਵਿਗਿਆਨੀ ਪ੍ਰਚਾਰਕ ਪਾਠੀ ਅਤੇ ਹੋਰ ਕਿੰਨੇ ਗੁਰ ਸੇਵਕ ਇੱਥੇ ਸਭ ਹਾਜ਼ਰ ਨੇ, ਸਾਧ ਸੰਗਤ ਹਾਜ਼ਰ ਹੈ। ਇੱਕ ਬਹੁਤ ਹੀ ਅੱਛਾ ਉਪਰਾਲਾ ਇਹ ਸਾਡਾ ਸਾਲਾਨਾ ਸਮਾਗਮ ਜਿਸ ਤਰ੍ਹਾਂ ਹੁੰਦਾ ਹੈ, ਔਰ ਖਾਸ ਕਰਕੇ ਪ੍ਰਕਾਸ਼ ਉਤਸਵ ਸ਼੍ਰੀ ਚੰਦ ਜੀ ਮਹਾਰਾਜ ਦਾ 528ਵਾਂ ਇਹ ਪ੍ਰਕਾਸ਼ ਉਤਸਵ, ਇਹ ਹਿਸਾਬ ਨਾਲ ਦੇ ਹਿਸਾਬ ਲਗਾਈਏ ਤੇ ਬਾਬਾ ਸ਼੍ਰੀ ਚੰਦ ਜੀ 1494 ਵਿੱਚ ਪ੍ਰਗਟ ਹੋਏ, ਔਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਅਨੁਯਾਈ ਉਹਨਾਂ ਦੇ ਡਿਸਾਈਪਲ ਦੇ ਨਾਤੇ ਇੱਕ ਸਮਾਜ ਨੂੰ ਯਾਦ ਕਰਦਾ ਹੈ ਉਦਾਸੀ ਅਖਾੜਾ ਦੇ ਰਾਹੀਂ। ਇਹ ਬਹੁਤ ਪਵਿੱਤਰ ਕਾਰਜ ਹੈ। ਵੈਸੇ ਇਤਿਹਾਸ ਪੜ੍ਹਿਆ ਹੈ ਜਿਹੜੇ ਸਾਧੂ ਸੰਤ ਸੰਨਿਆਸੀ ਮਹਾਂਪੁਰਖ ਉਹ ਸਾਨੂੰ ਹਮੇਸ਼ਾ ਗਿਆਨ ਦੀਆਂ ਗੱਲਾਂ ਦੱਸਦੇ ਨੇ, ਕਿਹੜੇ ਰਾਹ ਸਾਨੂੰ ਚੱਲਣਾ ਚਾਹੀਦਾ ਇਹ ਸਾਨੂੰ ਦੱਸਦੇ ਨੇ, ਔਰ ਨਵੀਂ ਪੀੜ੍ਹੀ ਦੇ ਵੀ ਸਭ ਲੋਕ ਉਹਨਾਂ ਦੇ ਰਾਹ 'ਤੇ ਚੱਲਣ ਦਾ ਸੰਕਲਪ ਕਰਦੇ ਨੇ ਅਤੇ ਅੱਛੇ ਕੰਮਾਂ ਵਾਸਤੇ ਸਾਨੂੰ ਪ੍ਰੇਰਣਾ ਕਰਦੇ ਨੇ। ਲੇਕਿਨ ਧੰਨ ਹੈ ਉਹ ਪਰਿਵਾਰ ਕਿ ਜਿੱਥੇ ਪਰਿਵਾਰ ਦੇ ਸਾਰੇ ਹੀ ਮੈਂਬਰ ਇੱਕ ਉਸ ਰਾਹ 'ਤੇ ਚੱਲ ਪਾਉਂਦੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਰਸਤੇ ਸੇ ਚਲੇ, ਬਾਅਦ 'ਚ ਉਹਨਾਂ ਦੇ ਜੇਠ ਪੁੱਤਰ ਸ਼੍ਰੀ ਚੰਦ ਜੀ ਵੀ ਉਸੇ ਰਾਹ 'ਤੇ ਚੱਲ ਪਏ, ਔਰ ਇੰਨੇ ਲੀਨ ਮਗਨ ਹੋ ਗਏ ਭਗਵਤ ਬਾਣੀ ਦੇ ਵਿੱਚ, ਭਗਵਤ ਦੇ ਜਿਸ ਤਰ੍ਹਾਂ ਕਹੀਏ ਉਹਨਾਂ ਦੇ ਪਾਠ ਦੇ ਵਿੱਚ, ਕਿ ਹਰ ਵੇਲੇ ਸਮਾਜ ਸੇਵਾ ਦਾ ਕੰਮ ਉਹਨਾਂ ਵਿੱਚ ਬਾਰ ਬਾਰ ਆਉਂਦਾ ਸੀ ਕਿ ਸਮਾਜਿਕ ਸੇਵਾ ਕਿਵੇਂ ਕੀਤੀ ਜਾਵੇ, ਕਿਵੇਂ ਅਧਰਮੀ ਨੂੰ ਧਰਮ ਦੇ ਰਸਤੇ 'ਤੇ ਲਿਆਉਣਾ, ਕਿਵੇਂ ਦੁਖੀ ਕਿਹੜੇ ਆਦਮੀ ਲਈ ਮਦਦ ਕਰਨਾ, ਇਹ ਸਾਰੇ ਕੰਮ ਉਹਨਾਂ ਨੇ ਉਸ ਵੇਲੇ ਸ਼ੁਰੂ ਕਰਤੇ। ਲਗਨ ਇੰਨੀ ਲੱਗੀ ਕਿ ਉਹਨਾਂ ਨੇ ਆਪਣਾ ਆਪਣਾ ਖੁਦ ਦਾ ਪਰਿਵਾਰ ਵਸਾਉਣ ਦਾ ਵੀ ਇਰਾਦਾ ਛੱਡਤਾ, ਔਰ ਸਾਰੀ ਉਮਰ ਅਵਿਵਾਹਿਤ ਰਹੇ, ਔਰ ਇੰਨੇ ਸਰੀਰ ਦੀ ਸਾਧਨਾ ਉਹਨੇ ਕੀਤੀ। ਤੁਹਾਨੂੰ ਪਤਾ ਹੋਵੇਗਾ ਕਿ ਉਹ ਸਾਧਨਾ ਦੇ ਰਾਹੀਂ ਕਹਿੰਦੇ ਸਰੀਰ 'ਤੇ ਕੱਪੜਾ ਨਹੀਂ ਸੀ ਪਾਉਂਦੇ, ਸਿਰਫ ਇੱਕ ਲੰਗੋਟੀ ਸੀਗੀ, ਅਸੀਂ ਉਹਨਾਂ ਦੇ ਚਿੱਤਰ ਦੇਖਦੇ ਹਾਂ, ਸਿਰਫ ਇੱਕ ਲੰਗੋਟੀ ਰਹਿੰਦੇ ਸੀ, ਔਰ ਸਰੀਰ ਦੀ ਸਾਧਨਾ ਇੰਨੀ ਕਿ ਆਮ ਆਦਮੀ ਅੱਜ ਸੋਚ ਵੀ ਨਹੀਂ ਸਕਦਾ ਉਹਨਾਂ ਦੇ ਸਰੀਰ 151 ਸਾਲ ਸਰੀਰ ਦੇ ਸਾਥ ਦਿੱਤਾ ਜਿਹੜਾ ਅਸੀਂ ਕਦੇ ਸੋਚ ਨਹੀਂ ਸਕਦੇ। ਉਹਨਾਂ ਦੀ ਜੀਵਨੀ ਸਾਨੂੰ ਸਭ ਨੂੰ ਪ੍ਰੇਰਣਾ ਦਿੰਦੀ ਹੈ। ਖੁਸ਼ੀ ਦੀ ਗੱਲ ਹੈ ਕਿ ਅਸੀਂ ਇਸ ਅਖਾੜੇ ਰਾਹੀਂ ਸਮਾਜ ਦੇ ਉਹ ਸਾਰੇ ਕੰਮ ਜਿਹੜੇ ਰਸਤੇ 'ਤੇ ਬਾਬਾ ਸ਼੍ਰੀ ਚੰਦ ਜੀ ਚਲਦੇ ਸੀਗੇ ਹੁਣ ਵੀ ਅਸੀਂ ਕਰ ਰਹੇ ਹਾਂ, ਭਾਵੇਂ ਸਿੱਖਿਆ ਵਾਸਤੇ ਸਕੂਲ ਖੋਲ੍ਹਣ ਦੀ ਗੱਲ ਹੈ, ਭਾਵੇਂ ਮਰੀਜ਼ ਦੀ ਸੇਵਾ ਕਰਨ ਵਾਸਤੇ ਹਸਪਤਾਲ ਬਣਾਉਣ ਦੀ ਗੱਲ ਹੈ, ਖੇਡਾਂ ਕਰਾਉਣ ਦੀ ਗੱਲ ਹੈ, ਕਿਹੜੇ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਇੱਥੇ ਚੱਲ ਰਹੇ। ਮੈਂ ਇਸ ਵਾਸਤੇ ਬਾਬਾ ਗੋਬਿੰਦ ਸਿੰਘ ਜੀ ਨੂੰ ਆਪਣੀ ਤਰਫੋਂ ਆਪਣੀ ਸਰਕਾਰ ਦੀ ਤਰਫੋਂ ਬਹੁਤ ਬਹੁਤ ਵਧਾਈ ਦੇਣਾ ਹਾਂ ਕਿ ਇੰਨੇ ਅੱਛੇ ਕੰਮ ਕਰ ਰਹੇ ਹਨ। ਬਾਬਾ ਜੀ ਦਾ ਮੇਰਾ ਸੰਬੰਧ ਪਿਛਲੇ ਕੁਛ ਸਾਲ ਪਹਿਲਾਂ ਆਇਆ ਸੀ, ਮੈਂ ਇੱਕ ਵਾਰੀ ਪਹਿਲੇ ਇੱਥੇ ਵੀ ਦਰਸ਼ਨ ਕਰਨ ਵਾਸਤੇ ਆਇਆ ਸੀਗਾ, ਮੇਰਾ ਅੱਜ ਦੂਸਰੀ ਵਾਰ ਜਾਣ ਦਾ ਇੱਥੇ ਮੈਨੂੰ ਮੌਕਾ ਮਿਲਿਆ। ਮੈਂ ਬਾਬਾ ਜੀ ਨੂੰ ਵਿਸ਼ਵਾਸ ਦੇਣਾ ਚਾਹੁੰਦਾ ਕਿ ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਹਰਿਆਣਾ ਸਰਕਾਰ ਦੀ ਜੋ ਵੀ ਤੁਹਾਨੂੰ ਲੋੜ ਪਵੇ, ਜੋ ਵੀ ਤੁਸੀਂ ਸਮਝੋ ਮੇਰੇ ਵਾਸਤੇ ਸੇਵਾ ਵਾਸਤੇ, ਕਿਉਂਕਿ ਗੁਰੂ ਘਰ ਦਾ ਬੰਦਾ ਹੈ, ਮੈਂ ਵੀ ਆਪਣੀ ਤਰਫੋਂ ਗੁਰੂ ਪਰੰਪਰਾ ਦੇ ਹਿਸਾਬ ਨਾਲ ਜਿੰਨੇ ਜਿੰਨੇ ਜਿੱਥੇ ਜਿੱਥੇ ਕੋਈ ਕੰਮ ਹੁੰਦੇ ਉੱਥੇ ਸਭ ਜਗ੍ਹਾ ਕੋਸ਼ਿਸ਼ ਕਰਦੀ ਮੈਂ ਪਹੁੰਚ ਜਾਵਾਂ।
पिछले गुरु तेग बहादुर जी का 400 साल असी पानी पदे बनाया, बहुत अच्छी संगत उसे हाजरी हुई। हरियाणा में एक मैसेज चला गया कि हाँ गुरु सिक्ख्या लोग उदाहरण वास्ते सरकार का भी अपने आप गुरु बन है। बाबा बंदा सिंह जी बहादुर वो भी एक सैनिक हुए ने, एक सिपाही हुए ने, और सिपाही ने इस तरह कितना राजधर्म की पालना की जाती है वो पहले सिख राजा इस तरह कहा जा सकता है। उन्होंने अपने वेले भी बहुत अच्छी भूमिका निभाई। उन्होंने राजधानी यमुना जिले के लोग बड़े एरिया है उन्होंने राजधानी बनाई, जिसे सानू पता लगता मैं उसे विजिट किया, देखा खंडर पे ने बिल्कुल टीले रेत कुछ भी पे है नहीं। असि संकल्प किया कि उसे असी बाबा बंदा सिंह बहादुर जी के नाते स्मारक बनावे, एक आर्ट्स मार्शल आर्ट स्कूल बनावे, सेवा के काम वास्ते जो जो उसे ट्रेनिंग दी जा सकती है ट्रेनिंग देने वास्ते एक कोई ना कोई सिक्ख्या केंद्र ये भी बनावे। ये सारिया चीज़ा असं लगातार कर रहे हैं। अब जिस वे मैं इतने आया तो आने तो बाद दसाया गया कि कुछ इस इलाके के इस जगह के काम छोटे मोटे है, एक तरह क्या कि इतने गुरुद्वारा महाराज उपरों कोई बिजली की तार जा रही। मैं उस वे एस सी बुला के कहता कि बिजली की तार गुरुद्वारे परिसर तो बाहर कट के रखो, 14 खंबे ने बाहर कर दो। गल आई कि बाबा शिकन जी के नाते मांडी पिंड एक अस्पताल बनाया जाए, तो मैं बाबा जी को कह रहा कि जमीन तो इतनी मिली जाएगी, जमीन उपलब्ध करा दो, 20 बेड का हस्पताल बनाने का काम ये सरकार का है, सरकार करके तुम्हें सौंप देगी, उन्होंने चलाने की जिम्मेवारी भी तुम्हें। सड़क के दोनों पासे इंटरलॉक लगाने की जी गल आई है वो भी हो जाएगी। मांडी के जोड़ तक सीवरेज पाने की गल है वह भी असं फिजिबिलिटी करा लें, एरिया तो बहुत बड़ा नहीं है लेकिन साड़ा पंचायती डिपार्टमेंट पूरा करके देगा, कोई दिक्कत नहीं है। महाराज जी ये छोटी छोटी मुद्दा तो सारे हो ही जाएगी, दास हमेशा तैयार है, कदे भी किसी तरह की कोई दास वास्ते हमेशा दसना अभी रात दसोगे तो ही असं पूरी करा। अज का जोड़ा समागम है एक धार्मिक समागम है, सामाजिक समागम है, मेरा कोई अधिकार नहीं है किसी इस तरह की वाणी के मैं अपनी कोई गल हो रखे बनावा आखा कि संत महापुरुष साधु महाराज जी ने पाठी लोग ने ज्ञानी लोग ने उन्होंने सारी गल तो पूछनी है, जरूर इन्हों की गल बुलाओ समझाओ और उसके दबाव बनाओ, सोशल प्रेशर जो हमारा बनाओ कि ये काम ठीक नहीं है, कोई भी गलत काम हो रोकने का सब तो बड़ा वसीला वो सामाजिक दबाव होना। सरकार एक्शन ले सकती है, उन्होंने उन्होंने खिलाफ कार्रवाई कर सकती है, लेकिन उस कार्रवाई के नाल मन और जो दिल है वो समझदार नहीं है। मन और दिल तो समझदार है कि जिस वे मन और दिमाग तो समझदार है जिस वे समाज सोशल प्रेशर परिवार के लोगों का दबाव ये पवे कि गलत रस्ता है नहीं करना है, नहीं करना है करना का मतलब का कोई दंड देना ये नहीं है, बल्कि सोशल प्रेशर अपने आप समझेगा कि मुझे ये सारे लोग कह रहे हैं